ਇਸ ਵੇਲੇ ਜਿਸ ਜਗ੍ਹਾ 'ਤੇ ਖੜ੍ਹੇ ਹਾਂ ਇਹਨੂੰ ਫੋਕਲ ਪੁਆਇੰਟ ਕਿਹਾ ਜਾਂਦਾ ਆ। 1977-78 ਦੇ ਵਿੱਚ ਅਕਾਲੀ ਗੌਰਮੈਂਟ ਆਈ ਸੀ, ਉਹਨਾਂ ਨੇ ਇੱਕ ਪਲਾਨਾ ਪਿੰਡਾਂ ਦੇ ਵਿੱਚ ਬਣਾਈਆਂ ਸੀ, ਪਿੰਡਾਂ ਨੂੰ ਸਹੂਲਤਾਂ ਦੇਣ ਵਾਸਤੇ ਇੱਕ ਸਿਸਟਮ ਬਣਾਇਆ ਸੀ ਜਿਸ ਨੂੰ ਕਹਿੰਦੇ ਆ ਕਿ ਫੋਕਲ ਪੁਆਇੰਟ। ਇਹ ਫੋਕਲ ਪੁਆਇੰਟ ਵੀਰੇ ਜੋ ਤੁਸੀਂ ਵੇਖ ਰਹੇ ਜੀ ਇਸ ਵੇਲੇ, ਇਹ ਫੋਕਲ ਪੁਆਇੰਟ ਦੀ ਉਹ ਗਰਾਊਂਡ ਆ ਜਿਹੜੀ ਕਿ ਬਿਲਕੁਲ ਸਰਕਾਰ ਨੇ ਉਸ ਟਾਈਮ 'ਤੇ ਪੱਕੀ ਕਰਾਈ ਸੀ। ਔਰ ਉਦੋਂ ਤੋਂ ਲੈ ਕੇ ਹੁਣ ਤੱਕ ਇਹਦੇ ਵਿੱਚ ਹੁੰਦਾ ਕੀ ਆ, ਇਹਦੇ ਵਿੱਚ ਜੋ ਸਰਕਾਰੀ ਮੰਡੀਆਂ ਹੁੰਦੀਆਂ ਆ, ਜੋ ਆੜ੍ਹਤੀਆਂ ਨੂੰ ਲਾਇਸੈਂਸ ਦਿੱਤੇ ਗਏ ਹੁੰਦੇ ਆ, ਜੋ ਆੜ੍ਹਤੀਆਂ ਇਹ ਜੋ ਕਿਸਾਨਾਂ ਦੀ ਜਿਣਸਾਂ ਹੁੰਦੀਆਂ ਆ ਸਾਡੇ ਇੱਥੇ, ਉਹ ਜਿਣਸਾਂ ਇਹ ਪੱਕਾ ਫੜ ਬਣਾਇਆ ਗਿਆ ਸੀ ਇੱਟਾਂ ਦਾ। ਔਰ ਇਸ ਫੜ ਦੇ ਉਹ ਜਿਣਸਾਂ ਸਾਫ਼ ਹੁੰਦੀਆਂ ਆ ਔਰ ਕਿਸਾਨਾਂ ਦਾ ਨੁਕਸਾਨ ਬਹੁਤ ਘੱਟ ਹੁੰਦਾ ਸੀ। ਮੈਂ ਜੋ ਤੁਹਾਨੂੰ ਅੱਜ ਵੀਰੇ ਤੁਹਾਡੇ ਗੱਲ ਦੱਸਣੀ ਚਾਹੁੰਦਾ ਆ, ਇਹ ਇਹੀ ਆ ਕਿ ਇਹ ਜੋ ਇੱਟਾਂ ਤੁਸੀਂ ਵੇਖ ਰਹੇ ਜੇ, ਅੱਜ ਤੋਂ ਸਾਲ ਡੇਢ ਸਾਲ ਪਹਿਲਾਂ ਇੱਥੇ ਇੱਕ ਮਿਨਿਸਟਰ ਆਏ ਸੀ ਸੈਂਟਰ ਦੇ, ਭਾਜਪਾ ਸਰਕਾਰ ਦੇ, ਸਰਦਾਰ ਹਰਦੀਪ ਸਿੰਘ ਪੁਰੀ ਜੀ। ਉਹਨਾਂ ਨੇ ਇੱਕ ਅਨਾਊਂਸਮੈਂਟ ਕੀਤੀ ਸੀ ਕਿ ਇਸ ਪਿੰਡ ਵਿੱਚ ਮੈਂ ਕਿਸੇ ਵੀ ਸ਼ਡਿਊਲ ਕਾਸਟ ਵਿਅਕਤੀ ਦੇ ਘਰ ਰਾਤ ਕੱਟਣੀ ਚਾਹੁੰਦਾ ਹਾਂ ਔਰ ਪੇਂਡੂ ਜ਼ਿੰਦਗੀ ਨੂੰ ਹੰਢਾਉਣਾ ਚਾਹੁੰਦਾ ਹਾਂ ਇੱਕ ਰਾਤ ਦੇ ਵਾਸਤੇ। ਸੋ ਸਰਦਾਰ ਹਰਦੀਪ ਸਿੰਘ ਪੁਰੀ ਜੀ ਇੱਕ ਰਾਤ ਦੇ ਵਾਸਤੇ ਪਿੰਡ ਮੋਦਲ ਦੇ ਵਿੱਚ ਆਏ ਔਰ ਉਹਨਾਂ ਨੇ ਪਿੰਡ ਇੱਕ ਆਮ ਘਰ ਦੇ ਵਿੱਚ ਰਾਤ ਕੱਟੀ। ਔਰ ਉਸ ਰਾਤ ਇਹ ਵੀ ਗੱਲ ਹੋਈ ਕਿ ਉਸ ਰਾਤ ਲਾਈਟ ਵੀ ਨਹੀਂ ਆਈ, ਜਿਸ ਤੋਂ ਵੀ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ। ਔਰ ਉਸ ਮੰਤਰੀ ਸਾਹਿਬ ਉਹਨਾਂ ਨੇ ਇਸ ਪਿੰਡ ਦੇ ਵਿੱਚ ਬਹੁਤ ਹੀ ਗ੍ਰਾਂਟਾਂ ਨੂੰ, ਇਹ ਗ੍ਰਾਂਟਾਂ ਜੋ ਲੋਕ ਇਸ ਪਿੰਡ ਨੂੰ ਦੇ ਕੇ ਗਏ ਜੋ ਕਿ ਕਰੋੜਾਂ ਦੇ ਵਿੱਚ ਬਜਟ ਉਦੋਂ ਦੱਸਿਆ ਗਿਆ ਸੀ, ਪਰ ਉਹ ਬਜਟ ਅਜੇ ਤੱਕ ਵੇਖਿਆ ਤਾਂ ਨਹੀਂ ਕਿੱਥੇ ਆ। ਥੋੜ੍ਹਾ ਬਹੁਤਾ ਕੰਮ ਜਿਹੜਾ ਸ਼ੁਰੂ ਹੋਇਆ ਤੁਹਾਨੂੰ ਅਸੀਂ ਉਹੀ ਵਿਖਾ ਰਹੇ ਹਾਂ ਕਿ ਇਹ ਫੋਕਲ ਪੁਆਇੰਟ ਤੁਸੀਂ ਵੈਬਸਾਈਟ 'ਤੇ ਵੇਖੋ ਕਿ ਇਹ ਕੰਮ ਸ਼ੁਰੂ ਹੋਇਆ ਆ ਪਰ ਉੱਥੇ ਹੀ ਠੱਪਿਆ ਗਿਆ ਆ। ਆਹ ਤਸਵੀਰਾਂ ਜੋ ਤੁਸੀਂ ਵੇਖ ਰਹੇ ਜੀ ਇੱਟਾਂ ਦੀਆਂ, ਇਹ ਬਸ ਥੋੜ੍ਹਾ ਅੱਧਾ ਵੀ ਕੰਮ ਨਹੀਂ ਹੋਇਆ ਔਰ ਇਹ ਕੰਮ ਜੋ ਪਹਿਲਾਂ ਇੱਥੇ ਇੱਟਾਂ ਲੱਗੀਆਂ ਸੀ ਉਹ ਇਸ ਤੋਂ ਕਿਤੇ ਕੁਆਲਿਟੀ ਵਿੱਚ ਬਹੁਤ ਹੀ ਵਧੀਆ ਇੱਟਾਂ ਸੀ। ਔਰ ਹੋਇਆ ਕੀ ਆ ਕਿ ਉਹ ਇੱਟਾਂ ਸ਼ਹਿਰੋਂ ਟਰਾਲੀਆਂ ਆਈਆਂ, ਉਹ ਇੱਥੋਂ ਚੁੱਕ ਕੇ ਲੈ ਗਏ, ਪੁੱਟ ਕੇ ਲੈ ਗਏ, ਕਿਸੇ ਨੂੰ ਨਾ ਉਹਨਾਂ ਪੁੱਛਿਆ ਨਾ ਕਿਸੇ ਨੂੰ ਉਹਨਾਂ ਦੱਸਿਆ ਔਰ ਉਹ ਇੱਟਾਂ ਇੱਥੋਂ ਲੈ ਗਏ ਆ। ਨਵੀਆਂ ਇੱਟਾਂ ਆਈਆਂ ਇਹ ਲੋਕਾਂ ਨੇ ਪਸੰਦ ਨਹੀਂ ਕੀਤੀਆਂ, ਉਦੋਂ ਦਾ ਕੰਮ ਇੱਥੇ ਖੜ੍ਹਾ ਆ। ਮੇਰੇ ਨਾਲ ਕਾਫੀ ਪਿੰਡ ਦੇ ਪਤਵੰਤੇ ਸੱਜਣ ਖੜ੍ਹੇ ਆ, ਉਹਨਾਂ ਨਾਲ ਅਸੀਂ ਦੋ ਚਾਰ ਗੱਲਾਂ ਬਾਤਾਂ ਕਰਾਂਗੇ ਇਹ ਫੋਕਲ ਪੁਆਇੰਟ ਬਾਰੇ। ਮੇਰੇ ਨਾਲ ਖੜ੍ਹੇ ਸਤਨਾਮ ਸਿੰਘ ਜੀ। ਸਤਨਾਮ ਜੀ, ਤੁਸੀਂ ਇਹ ਦੱਸੋ ਵੀ ਇਸ ਫੋਕਲ ਪੁਆਇੰਟ ਦੀ ਮਹੱਤਤਾ ਕੀ ਆ ਅਤੇ ਇਹ ਕੰਮ ਰੁਕਣ ਦਾ ਕਾਰਨ ਕੀ ਹੋਇਆ ਆ? ਭਾਅ ਜੀ, ਪਹਿਲਾਂ ਤਾਂ ਇੱਟ ਬਹੁਤ ਵਧੀਆ ਲੱਗੀ ਅਤੇ ਬਹੁਤ ਵਧੀਆ ਫੜ ਬਣਿਆ ਸੀ। ਚਲੋ ਇਹਨਾਂ ਪੁੱਟ ਕੇ ਲੈ ਗਏ ਪੁਰਾਣੀ ਇੱਟ, ਬਹੁਤ ਵਧੀਆ ਸੀ। ਹੁਣ ਜਿਹੜੀ ਨਵੀਂ ਇੱਟ ਹੈ ਮਾੜੀ ਲੱਗਣ ਡਈ ਆ, ਇੱਕ ਨਾ ਖਲਾਰਾ ਬਹੁਤ ਜ਼ਿਆਦਾ ਪਾਇਆ ਵਾ, ਨਾ ਇਹਨੂੰ ਸਾਂਭਣ ਡਏ ਆ। ਅਤੇ ਹੁਣ ਝੋਨੇ ਦਾ ਸੀਜ਼ਨ ਆਉਣ ਵਾਲਾ ਵਾ ਅਤੇ ਕੱਲ੍ਹ ਨੂੰ ਫਿਰ ਝੋਨੇ ਦਾ ਸੀਜ਼ਨ ਚੱਲਣਾ ਵਾ ਅਤੇ ਇੱਥੇ ਕੁਝ ਵੀ ਨਹੀਂ ਖਲਾਰਾ ਪਾ ਕੇ ਚੱਲ ਕੇ ਮੁੜ ਕੇ ਭਾਅ ਜੀ ਆਏ। ਮੁੜ ਕੇ ਉਹ ਆਏ ਨਹੀਂ ਗਏ? ਸਤਨਾਮ ਜੀ ਕਹਿੰਦੇ ਨੇ ਕਿ ਮੁੜ ਕੇ ਉਸ ਤੋਂ ਬਾਅਦ ਉਹ ਟੀਮ ਹੀ ਨਹੀਂ ਆਈ, ਉਹ ਕਮਰ ਟੀਮ ਹੀ ਨਹੀਂ ਆਈ। ਕੱਲ੍ਹ ਜਿਹੜਾ ਬੰਦਾ ਇੱਥੋਂ ਇੱਟਾਂ ਲੈ ਕੇ ਗਿਆ ਸੀ ਉਸ ਬੰਦੇ ਦਾ ਆਪਾਂ ਨੰਬਰ ਲੱਭਿਆ ਸੀ, ਉਸ ਬੰਦੇ ਨਾਲ ਗੱਲ ਕੀਤੀ, ਤੂੰ ਇੱਟਾਂ ਕਿਸ ਦੇ ਆਧਾਰ 'ਤੇ ਲੈ ਕੇ ਗਿਆ? ਉਹਨਾਂ ਕਿਹਾ ਜੀ ਮੈਨੂੰ ਅਫਸਰਾਂ ਨੇ ਕਿਹਾ। ਉਹਨਾਂ ਕੋਲ ਅਸੀਂ ਅਫਸਰਾਂ ਦਾ ਨੰਬਰ ਮੰਗਿਆ ਤਾਂ ਉਹ ਅਫਸਰਾਂ ਨੰਬਰ ਨਹੀਂ ਦਿੱਤਾ ਅਤੇ ਬਾਅਦ ਵਿੱਚ ਉਹਨਾਂ ਨੇ ਫੋਨ ਵੀ ਬੰਦ ਕਰ ਦਿੱਤਾ, ਕਿਉਂਕਿ ਵਿਰੋਧੀ ਪੱਖ ਦੀ ਦਲੀਲ ਅਸੀਂ ਸੁਣਨੀ ਚਾਹੁੰਦੇ ਹਾਂ ਪਰ ਉਹ ਸਾਡੇ ਕੋਲ ਸੁਣੀ ਨਹੀਂ ਗਈ। ਅਤੇ ਵੀਰੇ ਮੇਰੇ ਨਾਲ ਖੜ੍ਹੇ ਨੇ ਸਰ ਦਲੀਪ ਸਿੰਘ ਜੀ, ਉਹ ਵੀ ਇਸ ਫੋਕਲ ਪੁਆਇੰਟ ਬਾਰੇ ਦੱਸਣਗੇ ਕਿ ਇਸ ਪਿੰਡ ਦੀਆਂ ਪਿੰਡਾਂ ਵਾਸਤੇ ਇਹਦੀ ਕਿੰਨੀਆਂ ਮੌਜਾਂ ਸੀ ਪਰ ਜਦੋਂ ਦਾ ਆਹ ਕੰਮ ਠੱਪ ਹੋਇਆ ਤਾਂ ਇਹਦਾ ਨੁਕਸਾਨ ਵੀ ਕੀ ਆ? ਤੁਸੀਂ ਵੀ ਜੀ ਫੋਕਲ ਪੁਆਇੰਟ ਬਾਰੇ ਦੱਸੋ ਕਿ ਇਹ ਅਗਰ ਨਹੀਂ ਬਣਦਾ ਤਾਂ ਇਹਦਾ ਕੀ ਸਾਰਾ ਨੁਕਸਾਨ ਆ? ਇਹਦਾ ਨੁਕਸਾਨ ਤਾਂ ਜ਼ਿਮੀਂਦਾਰਾਂ ਨੂੰ ਹੋਣਾ ਹੀ ਹੋਣਾ ਵਾ, ਜਦੋਂ ਕੋਈ ਜਿਣਸ ਖਰਾਬ ਹੋਊਗੀ ਸਾਰੇ ਕੰਮ ਮੰਡੀ 'ਚ ਜਿਣਸ ਨਾ ਆਊਗੀ ਅਤੇ ਜੇ ਆਊ ਤਾਂ ਖੱਦ ਖਰਾਬ ਹੋਊਗੀ। ਝੋਨੇ ਬਿਲਕੁਲ ਪੱਕ ਗਏ ਆ, ਇਸ ਵਿੱਚ ਝੋਨੇ ਪੱਕ ਗਏ ਔਰ ਮੰਡੀਆਂ 'ਚ ਆਉਣ ਲੱਗ ਪਏ ਆ।
ਜੇ ਹੁਣ ਵੀ ਕੰਮ ਸ਼ੁਰੂ ਕਰਦੇ 15-20 ਦਿਨ ਤੋਂ ਪਹਿਲਾਂ ਕੰਮ ਸ਼ੁਰੂ ਹੋ ਨਹੀਂ ਸਕਦਾ ਔਰ ਇਹ ਸਾਰਾ ਇਸ ਸਾਲ ਜੋ ਕਿਸਾਨ ਦੀ ਜਿਨਸ ਹੈ ਉਹ ਬੁਰੀ ਤਰ੍ਹਾਂ ਰੁਲੂਗੀ ਮੰਡੀ ਦੇ ਵਿੱਚ। ਸੋ ਜਿਹੜੇ ਲੋਕ ਇਸ ਚੀਜ਼ ਨਾਲ ਸੰਬੰਧ ਰੱਖਦੇ ਆ, ਉਹ ਲੋਕ ਜਿਨ੍ਹਾਂ ਕੋਲ ਇਸ ਠੇਕਾ ਹੈ ਜਾਂ ਜਿਨ੍ਹਾਂ ਲੋਕਾਂ ਨੂੰ ਗਰਾਂਟਾਂ ਦਾ ਜੋ ਜਿਨ੍ਹਾਂ ਲੋਕਾਂ ਦੇ ਕੋਲ ਗਰਾਂਟਾਂ ਆਈਆਂ ਆ, ਉਹਨਾਂ ਨੂੰ ਸਾਡੀ ਸਰਕਾਰਾਂ ਨੂੰ ਬੇਨਤੀ ਆ ਕਿ ਕਿਉਂ ਨਹੀਂ ਪੁੱਛਿਆ ਜਾਂਦਾ। ਇਹ ਕੰਮ ਅੱਧੇ ਵਿੱਚ ਸੁੱਟ ਦਿੱਤਾ ਗਿਆ ਆ, ਕੌਣ ਚਲਾਊਗਾ ਇਹ ਕੰਮ? ਮੇਰੇ ਨਾਲ ਇੱਕ ਹੁਸੈਨ ਖੜੇ ਨੇ, ਉਹ ਵੀ ਤੁਹਾਨੂੰ ਇਸ ਬਾਰੇ ਕੋਈ ਗੱਲ ਦੱਸਦੇ ਆ। ਵੀਰ ਜੀ, ਤੁਸੀਂ ਇਹਨਾਂ ਫੋਕਲ ਪਿੰਡ ਬਾਰੇ ਦੱਸੋ, ਕੀ ਕਹਿਣਾ ਚਾਹੁੰਦੇ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗੁਰੂ ਪਿਆਰੀ ਸਤਿਸੰਗ ਜੀ, ਮੈਂ ਇਸ ਪਿੰਡ ਮੂਧਲ ਦੇ ਰਹਿਣ ਵਾਲਾ ਹਾਂ, ਗੁਰਦੁਆਰੇ ਦਾ ਗ੍ਰੰਥੀ ਵੀ ਹਾਂ ਅਤੇ ਪਿੰਡ ਦੇ ਨਾਤੇ ਹੋਣ ਕਰਕੇ ਮੈਂ ਇਹ ਫੋਕਲ ਪਿੰਡ ਬਾਰੇ ਕੁਝ ਆਪਣੇ ਵੱਲੋਂ ਵਿਚਾਰ ਰੱਖਦਾ ਵੀ ਇਹ ਸਾਡੇ ਸਾਰੇ ਅਸੀਂ ਕਿਸਾਨ ਲੋਕ ਅਸੀਂ ਇੱਥੇ ਸਭ ਰਲ ਮਿਲ ਕੇ ਰਹਿੰਦੇ, ਸਾਡੇ ਕਿਸੇ ਕੋਈ ਨਾ ਕੋਈ ਵਿਤਕਰਾ ਨਹੀਂ ਰੱਖਦੇ, ਜੋ ਜ਼ਿਮੀਦਾਰ ਗਰੀਬ ਲੋਕ ਸਭ ਇਕੱਠੇ ਹੋ ਕੇ ਚੱਲਦੇ ਨੇ ਅਤੇ ਇਸ ਵਕਤ ਸਾਡੀਆਂ ਫਸਲਾਂ ਪੱਕੀਆਂ ਹੋਈਆਂ ਨੇ ਅਤੇ ਫਸਲਾਂ ਜਿਹੜੀਆਂ ਸਾਡੀਆਂ ਇੱਥੇ ਆਉਣੀਆਂ ਸੀ, ਹੁਣ ਸਾਨੂੰ ਅੱਗੇ ਲੱਭਣ ਦਿਸ ਰਿਹਾ ਵੀ ਸਾਡੀਆਂ ਫਸਲਾਂ ਅਸੀਂ ਇਕੱਠੇ ਲਿਆ ਕੇ ਰੱਖਣੀਆਂ ਨੇ ਅਤੇ ਸਾਡੀਆਂ ਫਸਲਾਂ ਜਿਹੜੀਆਂ ਖਰਾਬ ਹੋਣਗੀਆਂ, ਇਹ ਜਿਹੜਾ ਕੰਮ ਚੱਲਿਆ ਸੀ ਥੋੜ੍ਹਾ ਬਹੁਤਾ ਉਹ ਵੀ ਉੱਥੇ ਠੱਪ ਹੋ ਗਿਆ। ਜਿਹੜੇ ਹੁਣ ਮੌਕੇ 'ਤੇ ਮਤਲਬ ਲਿਆ ਵੀ ਇਹ ਅਫਸਰ ਨੇ ਜਿਹੜੇ ਕਰਨ ਵਾਲੇ ਸੀ ਗਾੜੀ ਅੱਗੇ ਸਾਡੇ ਆਗੂ, ਉਹਨਾਂ ਨੇ ਇਸ ਕੰਮ ਨੂੰ ਨਹੀਂ ਚਲਾਇਆ। ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਵੀ ਇਹ ਕੰਮ ਜਿਹੜਾ ਅੱਗੇ ਸਾਡਾ ਚੱਲਣਾ ਚਾਹੀਦਾ ਵਾ, ਸਾਡੀਆਂ ਫਸਲਾਂ ਜਿਹੜੀਆਂ ਨੇ ਇਹ ਖਰਾਬ ਨਹੀਂ ਹੋਣੀਆਂ, ਸਾਡੀਆਂ ਸਾਡਾ ਦਾਣਾ ਜਿਹੜਾ ਖਰਾਬ ਨਾ ਹੋਵੇ ਅਤੇ ਸਾਨੂੰ ਜਿਹੜੇ ਇਹ ਸਾਰੇ ਪਿੰਡ ਵਾਸੀਆਂ ਨੂੰ ਜ਼ਿਮੀਦਾਰਾਂ ਨੂੰ ਸਾਨੂੰ ਪੂਰਾ ਸਾਡਾ ਸਾਡੀ ਜਿਣਸ ਦਾ ਸਾਡਾ ਬੈਨੀਫਿਟ ਜਿਹੜਾ ਉਹ ਮਿਲ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿੰਡ ਦੇ ਵਸਨੀਕਾਂ ਨੇ ਜੋ ਕਿਹਾ ਤੁਸੀਂ ਚੰਗੀ ਤਰ੍ਹਾਂ ਸੁਣ ਲਿਆ ਹੋਊਗਾ ਕਿ ਪਿੰਡ ਵਿੱਚ ਕਿੰਨਾ ਨੁਕਸਾਨ ਆ ਅਗਰ ਇਹ ਜੋ ਵੀ ਜਗ੍ਹਾ ਨਹੀਂ ਬਣਦੀ ਪੱਕੀ ਤੇ, ਮੰਡੀ ਦਾ ਅਨਾਜ ਕਿੱਥੇ ਹੋਊਗਾ, ਕਿੱਧਰ ਜਾਊਗਾ। ਸੋ ਜਿੱਥੇ ਜੋ ਵੀ ਰਿਲੇਟਡ ਸਾਡਾ ਉਸ ਸਰਕਾਰ ਨੂੰ ਪੂਰੀ ਸਾਹਿਬ ਨੂੰ ਬੇਨਤੀ ਆ ਕਿ ਤੁਸੀਂ ਇਸ ਚੀਜ਼ ਦਾ ਖਿਆਲ ਕਰੋ ਕਿ ਤੁਸੀਂ ਇਸ ਪਿੰਡ ਦੇ ਵਿੱਚ ਕੁਛ ਵਾਅਦੇ ਕਰਕੇ ਆਏ ਜੇ। ਇਸ ਪਿੰਡ ਦੇ ਸਟਰੀਟ ਲਾਈਟਾਂ ਜੋ ਕਿ ਉਹ ਵੀ ਕਹਿੰਦੇ ਆ ਕਿ ਪਿੰਡ ਪੂਰੇ ਦੇ ਵਿੱਚ ਲੱਗਣੀਆਂ ਸੀ, ਉਹ ਪੂਰੇ ਪਿੰਡ ਦੇ ਵਿੱਚ ਸਟਰੀਟ ਲਾਈਟਾਂ ਨਹੀਂ ਲੱਗੀਆਂ, ਸਿਰਫ ਰੋਡ ਉੱਪਰ ਹੀ ਲਾਈਆਂ ਗਈਆਂ। ਇਸ ਪਿੰਡ ਦੇ ਵਿੱਚ ਤੁਸੀਂ ਛੱਪੜ ਸਾਫ਼ ਕਰਨ ਦੀ ਵੀ ਗਰਾਂਟ ਕਹੀ ਸੀ, ਉਹ ਵੀ ਛੱਪੜ ਵੀ ਸਾਫ਼ ਨਹੀਂ ਹੋਇਆ। ਇਸ ਪਿੰਡ ਉੱਪਰ ਜਿਸ ਫੋਕਲ ਪੁਆਇੰਟ 'ਚ ਅਸੀਂ ਖੜ੍ਹੇ ਹਾਂ ਔਰ ਇਸ ਦੇ ਉੱਪਰ ਤੁਸੀਂ ਸ਼ੈੱਡ ਬਣਾਉਣ ਲਈ ਕਿਹਾ ਆ, ਉਹ ਸ਼ੈੱਡ ਵੀ ਨਹੀਂ ਬਣਿਆ, ਬਲਕਿ ਜਿਹੜਾ ਕੰਮ ਹੈਗਾ ਸੀ ਉਹ ਵੀ ਅਧੂਰਾ ਰਹਿ ਗਿਆ। ਸੋ ਅਖੀਰ ਦੇ ਵਿੱਚ ਸਾਡੀ ਇੱਕ ਬੇਨਤੀ ਆ ਕਿ ਹਰਦੀਪ ਸਿੰਘ ਪੁਰੀ ਜੋ ਕਿ ਸੈਂਟਰ ਦੇ ਮਿਨਿਸਟਰ ਰਹੇ ਨੇ, ਉਹਨਾਂ ਨੂੰ ਸਾਡੀ ਬੇਨਤੀ ਆ ਕਿ ਇਸ ਗੱਲ ਵੱਲ ਧਿਆਨ ਦਿੱਤਾ ਜਾਵੇ ਔਰ ਇਸ ਫੋਕਲ ਪੁਆਇੰਟ ਤਫਤੀਸ਼ ਕੀਤੀ ਜਾਵੇ ਕਿ ਜੋ ਤੁਸੀਂ ਗ੍ਰਾਂਟ ਅਨਾਊਂਸ ਕਰਕੇ ਗਏ ਉਹ ਗ੍ਰਾਂਟ ਕਿੱਥੇ ਆ ਅਤੇ ਲੱਗ ਕਿਉਂ ਨਹੀਂ ਰਹੇ। ਜੋ ਤੁਹਾਡੇ ਵੇਖੋ ਜੀ ਕਰਨਾ ਜੋ ਨੁਕਸਾਨ ਹੋ ਰਿਹਾ ਹੈ ਜਾਂ ਇਸ ਤੋਂ ਪਹਿਲਾਂ ਜੋ ਕਿਸਾਨਾਂ ਨੂੰ ਫਾਇਦਾ ਮਿਲਿਆ ਸੀ, ਕਿਸਾਨ ਉਸ ਹੱਥੋਂ ਵੀ ਵਾਂਝੇ ਹੋ ਗਏ ਅਤੇ ਪਿੰਡ ਵੀ ਤਕਰੀਬਨ ਉਹਨਾਂ ਜਿਹੜੀਆਂ ਉਹਨਾਂ ਮੁਸ਼ਕਲਾਂ ਦੇ ਫਿਰ ਵਿੱਚ ਆ ਕੇ ਪੈ ਗਿਆ ਜਿਹੜੀਆਂ ਕਿ ਤੁਸੀਂ ਸ਼ੁਰੂ ਕਰਾ ਗਏ ਹੋ ਔਰ ਹੁਣ ਵੀ ਉਹੀ ਪਈਆਂ ਰਹਿਣਗੀਆਂ। ਸੋ ਦੁਬਾਰਾ ਬੇਨਤੀ ਹੈ ਕਿ ਵੱਧ ਤੋਂ ਵੱਧ ਇਸ ਚੀਜ਼ ਵੱਲ ਧਿਆਨ ਦਿੱਤਾ ਜਾਵੇ। ਸਤਿ ਸ਼੍ਰੀ ਅਕਾਲ ਜੀ, ਮੈਂ ਵਜੀਰ ਸਿੰਘ, ਕੈਮਰਾਮੈਨ ਹਰਿੰਦਰ ਵੇਰਕਾ ਦੇ ਨਾਲ, ਆਵਾਜ਼ੇ ਕੌਮ ਟੀਵੀ।